ਅੱਜ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਲ ਨਿਊਜ਼। ਜਿਵੇਂ ਦੇਖਦੇ ਆ ਕਿ ਵੀ ਪੰਜਾਬ ਅੰਦਰ ਨਸ਼ੇ ਦਾ ਬੋਲਬਾਲਾ ਆਏ ਦਿਨ ਸੋਸ਼ਲ ਮੀਡੀਆ ਤੇ ਹੱਥਾਂ ਪੈਰਾਂ ਤੇ ਆਪਣੇ ਗੁਪਤ ਅੰਗਾਂ ਤੇ ਸਰੰਜਾਂ ਸੂਈਆਂ ਲਾਉਂਦੇ ਦੀਆਂ ਜਿਹੜਾ ਨਸ਼ਾ ਕਰਦੇ ਨੇ ਨੌਜਵਾਨ ਵਾਇਰਲ ਹੁੰਦੀਆਂ ਨੇ ਤੇ ਕੁਝ ਨੌਜਵਾਨਾਂ ਦੀਆਂ ਸੋਸ਼ਲ ਮੀਡੀਆ ਤੇ ਐਸੀ ਵੀਡੀਓ ਵਾਇਰਲ ਹੁੰਦੀਆਂ ਨੇ ਕਿ ਵੀ ਉਹਨਾਂ ਹੱਥਾਂ ਪੈਰਾਂ ਦੇ ਵਿੱਚ ਸੂਈਆਂ ਵਿੱਚ ਹੀ ਰਹਿ ਜਾਂਦੇ ਨੇ ਤੇ ਆਪਣੀ ਜ਼ਿੰਦਗੀ ਮੌਤ ਦੀ ਜੰਗ ਹਾਰਦੇ ਹੋਏ ਤੇ ਆਪਣੀ ਜਾਨ ਤੋਂ ਵੀ ਹੱਥ ਧੋ ਬੈਠਦੇ ਨੇ ਤੇ ਇੱਕ ਅੱਜ ਉਹ ਵੀ ਨੌਜਵਾਨ ਨੇ। ਅਸੀਂ ਗੱਲ ਕਰਦੇ ਹਾਂ ਮਿਸ਼ਰਾ ਦੀ ਜਿਹੜੇ ਕਿ ਵੀ ਆਪਣੇ ਸੰਜੀਵ ਗਰਗ ਸਾਡੇ ਮਾਮਾ ਜੀ ਅਸੀਂ ਮਾਮਾ ਜੀ ਕਹਿੰਦੇ ਹਾਂ ਸੰਜੀਵ ਗਰਗ ਜੀ ਦਾ ਸਟੂਡੈਂਟ ਨੇ ਆਪਣੇ ਮਿਸ਼ਰਾ ਜੀ ਨੇ ਪਿੰਡ ਗਾਜੇਵਾਸ ਤੋਂ ਬਿਲੋਂਗ ਕਰਦੇ ਨੇ ਤੇ ਉਹਨਾਂ ਨੇ ਚਾਈਨਾ ਤੋਂ ਆਪਣਾ ਇੱਕ ਭਾਰੀ ਇੰਨੀ ਕੁ ਮਿਹਨਤ ਕੀਤੀ ਕਿ ਉਹਨਾਂ ਨੇ ਚਾਈਨਾ ਤੋਂ ਜਾ ਕੇ ਆਪਣਾ ਵਰਲਡ ਕੱਪ ਲਿਆਂਦਾ ਤੇ ਜਿੱਥੇ ਉਹਨਾਂ ਨੇ ਆਪਣੇ ਮਾਪਿਆਂ ਦਾ ਤੇ ਪਿੰਡ ਦਾ ਨਾਮ ਰੋਸ਼ਨ ਕੀਤਾ। ਅਸੀਂ ਇਹੀ ਕਹਿਣਾ ਚਾਹਾਂਗੇ ਕਿ ਵੀ ਸਾਡੇ ਗਰਗ ਸਾਹਿਬ ਜੋ ਐਂਟੀ ਡਰੱਗ ਦੇ ਕਿ ਵੀ ਚੇਅਰਮੈਨ ਨੇ ਪੰਜਾਬ ਦੇ ਇਹੋ ਜਿਹੇ ਸਟੂਡੈਂਟ ਨੂੰ ਵੱਧ ਤੋਂ ਵੱਧ ਇਸੇ ਤਰ੍ਹਾਂ ਹੀ ਸਿੱਖਿਆ ਦੇਣ ਦੇ ਅੱਗੇ ਪੰਜਾਬ ਦਾ ਵੀ ਨਾਮ ਰੋਸ਼ਨ ਕਰਨ ਤੇ ਜਿਹੜੇ ਨੌਜਵਾਨ ਨਸ਼ੇ ਕਰਦੇ ਨੇ ਉਹ ਨਸ਼ੇ ਛੱਡ ਕੇ ਇਹਨਾਂ ਮਿਸ਼ਰਾ ਜੀ ਵਰਗੇ ਸਟੂਡੈਂਟ ਤੋਂ ਸੇਧ ਲੈ ਕੇ ਅੱਗੇ ਵਧਣ ਤਾਂ ਜੋ ਕਿ ਵੀ ਪੰਜਾਬ ਜਿਹੜਾ ਕਲੰਕ ਲੱਗਿਆ ਹੋਇਆ ਨਸ਼ੇ ਦਾ ਕਿ ਵੀ ਜਿਹੜਾ ਨਸ਼ੇ ਆਏ ਤੇ ਨਹੀਂ ਕਿਸੇ ਨਾ ਕਿਸੇ ਪਾਸੋਂ ਨਸ਼ੇ ਦਾ ਨਾਮ ਚੱਲਦਾ ਪੈ ਰਿਹਾ ਕਿ ਵੀ ਉਹਨੂੰ ਨਸ਼ੇ ਤੋਂ ਹਟ ਕੇ ਤੇ ਮਿਸ਼ਰਾ ਜੀ ਵਰਗੇ ਸਟੂਡੈਂਟ ਨੇ ਕਿ ਵੀ ਉਹਨਾਂ ਦਾ ਨਾਮ ਪ੍ਰਾਪਤ ਕਰੇ ਤੇ ਅੱਗੇ ਦੇਖਦੇ ਹਾਂ ਕਿ ਸਾਡੇ ਮਾਮਾ ਜੀ ਅੱਗੇ ਹੁਣ ਅੱਗੇ ਕਿੰਨੀ ਕੁ ਇੱਦਾਂ ਦੀ ਸੇਧ ਲੈ ਕੇ ਚੱਲਦੇ ਨੇ ਤੇ ਅੱਗੇ ਵੱਧ ਤੋਂ ਵੱਧ ਇੱਦਾਂ ਦੇ ਸਟੂਡੈਂਟ ਤਿਆਰ ਕਰ ਰਹੇ ਨੇ। ਕੈਮਰਾਮੈਨ ਕੁਲਵਿੰਦਰ ਸਿੰਘ ਦੇ ਨਾਲ ਪ੍ਰੇਮ ਵਦਵਾ ਦੀ ਰਿਪੋਰਟ। ਸਾਹਿਬ ਅੱਜ ਜਿਹੜੇ ਇਹ ਆਪਣਾ ਮਿਸ਼ਰਾ ਜੀ ਕੋਈ ਟੂਰਨਾਮੈਂਟ ਜਿੱਤ ਕੇ ਆਏ ਨੇ ਕੀ ਉਹਦੀ ਜਾਣਕਾਰੀ ਤੇ ਕੀ ਕਹਿਣਾ ਚਾਹੁੰਦੇ ਹੋ ਤੇ ਜਿਹੜੇ ਨਸ਼ੇ ਕਰਦੇ ਨੇ ਨੌਜਵਾਨਾਂ ਤੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਅੱਜ ਬੜੀ ਖੁਸ਼ੀ ਦਾ ਦਿਨ ਹੈ ਕਿ ਸਾਡੇ ਮਿਸ਼ਰਾ ਸਿੰਘ ਜੀ ਜਿਹੜੇ ਵਰਲਡ ਕੱਪ ਜਿੱਤ ਕੇ ਆਏ ਨੇ ਚਾਈਨਾ ਤੋਂ ਜਿਹਨੂੰ ਮਿੰਨੀ ਗੋਲਫ ਕਿਹਾ ਜਾਂਦਾ ਉਹ ਗੇਮ ਜਿੱਤ ਕੇ ਆਏ ਨੇ। ਪਿੰਡ ਦੇ ਵਿੱਚੋਂ ਉੱਠ ਕੇ ਚਾਈਨਾ ਤੱਕ ਪਹੁੰਚਣਾ ਇੱਕ ਬਹੁਤ ਵੱਡੀ ਉਪਲਬਧੀ ਹੈ ਸਾਡੇ ਪੰਜਾਬ ਲਈ, ਕਿਉਂਕਿ ਪੰਜਾਬ ਦੇ ਵਿੱਚ ਜਿਵੇਂ ਆਪਾਂ ਦੇਖ ਰਹੇ ਸੀਗੇ ਲੋਕਾਂ ਦੀ ਇੱਕ ਆਵਾਜ਼ ਹੈ ਕਿ ਪੰਜਾਬ ਦੇ ਵਿੱਚ ਨਸ਼ੇ ਬਹੁਤ ਵਿਕ ਰਹੇ ਨੇ, ਨਸ਼ੇ ਦਾ ਬੋਲਬਾਲ ਹੈ, ਪਰ ਉਹਨਾਂ ਦੇ ਵਿੱਚੋਂ ਵੀ ਇੱਕ ਨੌਜਵਾਨ ਜਿਹੜਾ ਕਿ ਬਹੁਤ ਗਰੀਬ ਘਰ ਦਾ ਬਿਨਾਂ ਸਰਕਾਰੀ ਮਦਦ ਤੋਂ ਚਾਈਨਾ ਦੇ ਵਿੱਚ ਵਰਲਡ ਕੱਪ ਜਿੱਤ ਕੇ ਆਇਆ, ਇਹਦੇ ਲਈ ਇਹ ਵਧਾਈ ਦਾ ਪਾਤਰ ਹੈ। ਸਾਡੀ ਐਂਟੀ ਡਰੱਗ ਅਤੇ ਸੋਸ਼ਲ ਵੈਲਫੇਅਰ ਆਰਗਨਾਈਜੇਸ਼ਨ ਪੰਜਾਬ ਇਹਦਾ ਸਨਮਾਨਿਤ ਕਰਦੇ ਹੋਏ ਮਾਣ ਮਹਿਸੂਸ ਕਰਦੀ ਹੈ। ਮੇਰੇ ਨਾਲ ਮੇਰੇ ਭਰਾ ਸਰਦਾਰ ਇਕਬਾਲ ਸਿੰਘ ਜੀ ਬੱਲ ਜਿਹੜੇ ਸਾਡੇ ਜਨਰਲ ਸੈਕਟਰੀ ਨੇ, ਸਾਡੇ ਚਰਕ ਰਾਜ ਜੀ ਜਿੰਦਲ ਜਿਹੜੇ ਸਾਡੇ ਨਾਲ ਸੈਕਿੰਡ ਜਨਰਲ ਸੈਕਟਰੀ ਨੇ, ਬਾਬੂ ਰਾਮ ਪ੍ਰਵਾਸੀ ਜਿਹੜੇ ਪ੍ਰਵਾਸੀ ਭਾਈਚਾਰੇ ਦੇ ਪ੍ਰਧਾਨ ਨੇ ਐਂਟੀ ਡਰੱਗ ਦੇ, ਅਤੇ ਸ਼੍ਰੀ ਪ੍ਰੇਮ ਵਾਧਵਾ ਜੀ ਜਿਹੜੇ PRO ਨੇ, ਅਤੇ ਮੇਰਾ ਬੇਟਾ ਸੁਭਨੀਤ ਗਰਗ, ਸਾਰੀ ਟੀਮ ਅਸੀਂ ਅੱਜ ਇਹਦਾ ਸਨਮਾਨ ਕਰਦੇ ਹੋਏ ਮਾਣ ਮਹਿਸੂਸ ਕਰਦੀ ਹੈ ਅਤੇ ਆਸ ਕਰਦੀ ਹੈ ਕਿ ਇਹ ਜਲਦੀ ਹੀ ਵਰਲਡ ਲੈਵਲ ਦੇ ਉੱਤੇ ਹੋਰ ਫੇਮਸ ਹੋਊਗਾ, ਕਿਉਂਕਿ ਇਹਨੇ ਹੁਣ ਜਲਦੀ ਹੀ ਬੈਂਗਲੋਰ ਦੇ ਵਿੱਚ ਜਿਹੜੀ 100 ਕਿਲੋਮੀਟਰ ਦੀ ਰੇਸ ਹੈ ਪੈਦਲ ਉਹ ਇਹਨੇ ਪੂਰੀ ਕਰਨੀ ਹੈ। ਇਹ ਉਹਦੇ ਫਾਈਨ ਉਹਦੀ ਜਿਹੜੀ ਟ੍ਰਾਇਲ ਹੈ ਉਹਦੇ ਵਿੱਚੋਂ ਨਿਕਲ ਕੇ ਆਇਆ, ਜਿੱਤ ਕੇ ਆਇਆ, ਅਤੇ ਆਹ ਉਹਦਾ ਸਨਮਾਨ ਹੈ। ਸਾਨੂੰ ਇਹ ਵੀ ਮਾਣ ਮਹਿਸੂਸ ਹੁੰਦਾ ਕਿ ਇਹ ਬੜੀ ਬੜੀ ਵੱਡੀ ਉਪਲਬਧੀ ਹੈ ਸਾਡੇ ਪੰਜਾਬ ਲਈ, ਪੰਜਾਬ ਸਰਕਾਰ ਲਈ। ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਕਿ ਇਹੋ ਜਿਹੇ ਨੌਜਵਾਨਾਂ ਨੂੰ ਅੱਗੇ ਲੈ ਕੇ ਆਵੇ, ਜਿਹੜੀ ਉਹਨਾਂ ਦੀ ਕਰਮੀ ਔਰ ਕਥਮੀ ਨੇ ਵਿੱਚ ਫਰਕ ਹੈ ਉਹ ਫਰਕ ਕੱਢਿਆ ਜਾਵੇ। ਤੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਜਿਹੜੇ ਅੱਜ ਨੌਜਵਾਨ ਬਹੁਤ ਗਿਣਤੀ ਦੇ ਵਿੱਚ, ਵੱਡੀ ਗਿਣਤੀ ਦੇ ਵਿੱਚ ਜਿਹੜੇ ਨਸ਼ਿਆਂ ਦੇ ਵਿੱਚ ਡੁੱਬੇ ਹੋਏ ਨੇ ਤੇ ਹੱਥਾਂ ਪੈਰਾਂ ਦੇ ਆਪਣੇ ਇੰਜੈਕਸ਼ਨ ਦੀਆਂ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੁੰਦੇ ਨੇ, ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ ਬੜਾ ਦੁਰਭਾਗਿਆ ਹੈ ਪੰਜਾਬ ਵਾਸਤੇ ਵੀ ਜਿਹੜਾ ਅਸੀਂ ਕਹਿ ਰਹੇ ਸੀਗੇ ਵੀ ਅਸੀਂ ਨਸ਼ਾ 12 ਘੰਟੇ ਦੇ ਵਿੱਚ ਜਾਂ 24 ਘੰਟੇ ਦੇ ਵਿੱਚ ਖਤਮ ਕਰ ਦਾਂਗੇ, ਪਰ 2 ਸਾਲ ਹੋ ਗਏ ਹਜੇ ਤੱਕ ਨਸ਼ਾ ਖਤਮ ਨਹੀਂ ਹੋਇਆ। ਸਾਨੂੰ ਲੋਕਾਂ ਨੂੰ ਜਾਗਰੂਕ ਹੋਣਾ ਪੈਣਾ ਇਹਦੇ ਵਾਸਤੇ, ਸਾਨੂੰ ਸਰਕਾਰ ਤੇ ਡਿਪੈਂਡੇਬਲ ਨਹੀਂ ਹੋਣਾ ਚਾਹੀਦਾ, ਕਿਉਂਕਿ ਜਦੋਂ ਵੀ ਲੋਕ ਜਾਗਰੂਕ ਹੋਣਗੇ ਤਾਂ ਨਸ਼ਾ ਖਤਮ ਹੋਏਗਾ ਜਾਂ ਕੋਈ ਵੀ ਕੁਰੀਤੀ ਉਹ ਖਤਮ ਹੋਏਗੀ। ਜਿਵੇਂ ਪਹਿਲਾਂ ਅੱਤਵਾਦ ਖਤਮ ਹੋਇਆ ਲੋਕਾਂ ਦੀ ਜਾਗਰੂਕਤਾ ਨਾਲ ਹੀ ਅੱਤਵਾਦ ਖਤਮ ਹੋਇਆ, ਪੋਲੀਓ ਦੀ ਬਿਮਾਰੀ ਸੀਗੀ ਉਹ ਡੇਂਗੂ ਦੀ ਬਿਮਾਰੀ ਹੈ, ਕੋਈ ਵੀ ਪ੍ਰੋਬਲਮ ਆਈ ਹੈ ਜਿਹੜੀ ਉਹ ਲੋਕਾਂ ਦੀ ਜਾਗਰੂਕਤਾ ਨਾਲ ਹੀ ਖਤਮ ਹੋਈ ਹੈ। ਅਤੇ ਇਸੇ ਤਰ੍ਹਾਂ ਇਹੋ ਜਿਹੇ ਨੌਜਵਾਨ ਜਦੋਂ ਅੱਗੇ ਆਉਣਗੇ ਲੋਕਾਂ ਦੇ ਵਿੱਚ ਵਿਚਰਨਗੇ ਇਹ ਨਸ਼ਾ ਵੀ ਸਾਡੇ ਪੰਜਾਬ ਦੇ ਵਿੱਚੋਂ ਖਤਮ ਹੋਏਗਾ ਜਲਦੀ ਹੀ। ਧੰਨਵਾਦ ਜੀ। ਕੀ ਕਹਿਣਾ ਚਾਹੁੰਦੇ ਹੋ ਕਿ ਅੱਜ ਜਿਹੜਾ ਤੁਹਾਡਾ ਸਟੂਡੈਂਟ ਅੱਜ ਕਿ ਵੀ ਵਰਲਡ ਕੱਪ ਲੈ ਚਾਈਨਾ ਤੋਂ ਜਿੱਤ ਕੇ ਆਇਆ, ਅਤੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਮੈਨੂੰ ਬਹੁਤ ਖੁਸ਼ੀ ਹੈ ਮਿਸ਼ਰਾ ਸਿੰਘ ਜੋ ਸਾਡੇ ਸਟੂਡੈਂਟ ਨੇ ਉਹ ਵਧੀਆ ਕਿ ਨਾਮ ਹੈ ਚਾਈਨਾ ਵਿੱਚ ਖੇਲ ਕੇ ਆਏ ਨੇਗੇ, ਉੱਥੇ ਇਹਨਾਂ ਨੇ ਮਿੰਨੀ ਗੋਲਫ ਗੇਮ 'ਚ ਵਧੀਆ ਮਾਣ ਪ੍ਰਾਪਤ ਕੀਤਾ, ਅਤੇ ਨਾਲ ਇਹਨਾਂ ਨੇ ਜੋ 100 ਕਿਲੋਮੀਟਰ ਦੀ ਰੇਸ ਹੈ ਉਹਦਾ ਟ੍ਰਾਇਲ ਵੀ ਕਲੀਅਰ ਕੀਤਾ ਜਿਸਦਾ ਹੁਣ ਮਹਿਲਾ ਵਰਲਡ ਚੈਂਪੀਅਨਸ਼ਿਪ ਬੈਂਗਲੋਰ ਵਿੱਚ ਹੋਣੀ ਹੈ। ਅਤੇ ਇਸ ਤੋਂ ਕੀ ਨਾਮ ਹੈ ਜਿਹੜੇ ਨਸ਼ਾ ਕਰਦੇ ਨੇ ਲੋਕ ਜਾਂ ਫਿਰ ਕੁਛ ਕੋਈ ਵੀ ਨੌਜਵਾਨ ਕਰਦਾ ਉਹਨਾਂ ਨੂੰ ਇਸ ਤੋਂ ਇਨਕਰੇਜ ਹੋਣਾ ਚਾਹੀਦਾ
ਵੀ ਅਟਰੈਕਟ ਹੋਣ ਵੀ ਕਿੱਦਾਂ ਕਿਹੜਾ ਤੋਂ ਸਿੱਖਿਆ ਲੈ ਕੇ ਵੀ ਕਿੱਦਾਂ ਉਹ ਗੇਮ ਚ ਅੱਗੇ ਜਾ ਸਕਦੇ ਨੇ ਹਨਾ ਤੇ ਕਿ ਨਾਲੇ ਕਿੱਦਾਂ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰ ਸਕਦੇ ਨੇ ਇਸ ਦੇ ਨਾਲ ਉਹਨਾਂ ਨੂੰ ਪਤਾ ਲੱਗੇਗਾ ਵੀ ਹਾਂ ਕਿੱਦਾਂ ਇਹ ਬੰਦੇ ਨੇ ਕਿੰਨੀ ਮਿਹਨਤ ਕੀਤੀ ਹੈ ਇੱਕ ਪਿੰਡ ਤੋਂ ਇੱਥੇ ਤੱਕ ਆਏ ਨੇ ਜੇ ਤੇ ਕਿੰਨਾ ਇਹਨਾਂ ਨੂੰ ਦਰਦ ਜਾਂ ਕੁਛ ਵੀ ਮਾਪਿਆਂ ਦਾ ਵੀ ਨਾਮ ਰੋਸ਼ਨ ਹਾਂਜੀ ਮਾਪਿਆਂ ਦਾ ਉਹਨਾਂ ਨੂੰ ਬਹੁਤ ਮਾਣ ਹੈ ਪਿੰਡ ਦਾ ਮਾਪਿਆਂ ਦਾ ਨਾਮ ਰੋਸ਼ਨ ਪਿੰਡ ਦਾ ਜੋ ਗੱਜ ਵਸਦਾ ਹੈ ਨਾ ਉੱਥੋਂ ਇਹ ਜਿੱਤੇ ਨੇ ਮਿਸ਼ਲ ਜੀ ਇਸ ਕਰਕੇ ਮੈਂ ਇਹਨਾਂ ਨੂੰ ਬਹੁਤ ਵਧਾਈ ਦੇਣਾ ਚਾਹੂੰਗਾ ਕਿ ਇਹਨਾਂ ਨੇ ਆਪਣਾ ਦੇਸ਼ ਦਾ ਨਾਮ ਰੋਸ਼ਨ ਕੀਤਾ ਤੇ ਚਾਈਨਾ ਵਿੱਚ ਜਾ ਕੇ ਜਿੱਥੇ ਆਈ ਥਿੰਕ 14 ਟੀਮਾਂ ਸੀਗੀਆਂ साड़ी टीम दे नाल इकबाल सिंह जी मामा संजीव गर्ग जी जो एंटी ड्रग के चेयरमैन साहब ने ते उन्हां दा सन्मान भी किया जा रहा ते हुण इकबाल सिंह जी दो गल्लां करनगे मिश्रा जी नाल जो जो उन्होंने जिस तरह ट्रॉफी जीती ते जिथां उन्होंने लंबा संघर्ष समा झल के भी अज जोड़ी कामयाबी हासिल की है ते उहदे बारे इकबाल जी गल करनगे मिश्रा जी ਜਿਹੜਾ ਤੁਸੀਂ ਇਨਾਮ ਜਿੱਤਿਆ ਜੀ ਤੁਹਾਨੂੰ ਚਾਈਨਾ ਤੋਂ ਜੋ ਵਰਲਡ ਕੱਪ ਮਿਲਿਆ ਇਹ ਕਿਸ ਤਰ੍ਹਾਂ ਤੁਸੀਂ ਜਿੱਤਿਆ ਇਹਦੇ ਬਾਰੇ ਵਿਸਤਾਰ ਚ ਦੱਸੋ ਇਹ ਸਾਰ ਇਹਨੂੰ ਮਿੰਨੀ ਗੋਲਫ ਕਿਹਾ ਜਾਂਦਾ ਸੀ ਜਿਹੜਾ ਮੈਂ ਕੱਪ ਜਿੱਤਿਆ ਜੀ ਇਹਦੇ ਵਿੱਚ 12 ਖਿਡਾਰੀ ਗਏ ਸੀ ਇੰਡੀਆ ਟੀਮ ਗਈ ਸੀ ਅਤੇ ਆਪਣੀ ਇੰਡੀਆ ਟੀਮ ਨਹੀਂ ਜਿੱਤ ਪਾ ਸੀ ਨਹੀਂ ਜਿੱਤੀ ਸੀ ਉਹ ਹਾਰ ਗਈ ਸੀ ਇਹਦੇ ਵਿੱਚੋਂ ਮੈਂ ਬੈਸਟ ਪਲੇਅਰ ਮੰਨਿਆ ਗਿਆ ਸੀ ਜਿਹਦਾ ਮੈਨੂੰ ਕੱਪ ਮਤਲਬ ਉੱਥੋਂ ਪ੍ਰਾਪਤ ਹੋਇਆ ਜੀ ਇਹ ਜਿਹੜਾ ਤੁਹਾਨੂੰ ਵਰਲਡ ਕੱਪ ਮਿਲਿਆ ਉਹਨਾਂ ਗੇਮਾਂ ਦੇ ਵਿੱਚ ਵਰਲਡ ਗੇਮ ਜਿਹੜੀਆਂ ਹੋਈਆਂ ਉਹ ਤੋਂ ਬੈਸਟ ਪਲੇਅਰ ਦਾ ਤੁਹਾਨੂੰ ਅਵਾਰਡ ਮਿਲਿਆ ਜੀ ਸਰ ਬੈਸਟ ਪਲੇਅਰ ਦਾ ਮਿਲਿਆ ਹਾਂ ਮਿਸ਼ਰ ਸਿੰਘ ਜੀ ਤੁਸੀਂ ਤੁਹਾਡੀ ਸਿਲੈਕਸ਼ਨ ਜਿਹੜੀ ਆ 100 ਕਿਲੋਮੀਟਰ ਰੇਸ ਵਿੱਚ ਹੋਈ ਜੋ ਵਰਲਡ ਕੱਪ ਦੀ ਰੇਸ ਬੰਗਲੌਰ ਵਿੱਚ 7 ਦਸੰਬਰ ਨੂੰ ਹੋਣ ਜਾ ਰਹੀ ਹੈ ਉਹਦੇ ਵਿੱਚ ਤੁਹਾਨੂੰ 100 ਕਿਲੋਮੀਟਰ ਰੇਸ ਲਈ ਚੁਣਿਆ ਗਿਆ ਹੈ ਅਤੇ ਉਹਦੇ ਵਿੱਚ ਤੁਹਾਡੀ ਸਿਲੈਕਸ਼ਨ ਹੋ ਚੁੱਕੀ ਹੈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰ ਜੋ ਮਤਲਬ ਵਰਲਡ ਚੈਂਪੀਅਨਸ਼ਿਪ ਹੋਣੀ ਹੈ 7 ਦਸੰਬਰ ਨੂੰ ਉਹਦੇ ਮੇਰੇ ਟ੍ਰਾਇਲ ਹੋ ਚੁੱਕੇ ਉਹਦੇ ਵਿੱਚ ਮੇਰੀ ਸਿਲੈਕਸ਼ਨ ਹੋ ਗਈ ਹੋ ਚੁੱਕੀ ਐਥਲੈਟਿਕ ਫੈਡਰੇਸ਼ਨ ਆਫ ਇੰਡੀਆ ਵੱਲੋਂ ਅਤੇ ਸਰ ਮੈਂ ਇਹ ਕਹਿਣਾ ਚਾਹੁੰਦਾ ਜੀ ਮੈਂ ਪੰਜਾਬ ਦੇ ਵਿੱਚ ਪਹਿਲਾਂ ਹੀ ਜਿਹਦੀ 100 ਕਿਲੋਮੀਟਰ ਦੇ ਵਿੱਚ ਸਿਲੈਕਸ਼ਨ ਹੋ ਚੁੱਕੀ ਹੈ ਅਤੇ ਆਪਣੇ ਪੰਜਾਬ ਦੀ ਹੁਣ ਗੱਲ ਚੱਲੀ ਹੈ ਨਸ਼ੇ 'ਤੇ ਆਪਣਾ ਮਤਲਬ ਅੱਧਾ ਪੰਜਾਬ ਨਸ਼ੇ ਦੇ ਡੋਪ ਵਿੱਚ ਆ ਗਿਆ ਸੀ ਮੈਂ ਪਹਿਲੀ ਹੀ ਜਿਹੜਾ ਮਤਲਬ ਡੋਪ ਵਿੱਚ ਨਹੀਂ ਆਈ ਮੈਨੂੰ ਸਰਟੀਫਿਕੇਟ ਵੀ ਇੰਡੀਆ ਫੈਡਰੇਸ਼ਨ ਵੱਲੋਂ ਅਤੇ ਦੇਖੋ ਸਰ ਬੜਾ ਧੱਬਾ ਲੱਗਿਆ ਹੋਈ ਆਪਣੇ ਪੰਜਾਬ 'ਤੇ ਜਦੋਂ ਵੀ ਆਪਾਂ ਕਿਤੇ ਬਾਹਰਲੀ ਸਟੇਟ ਖੇਡਦੇ ਹਾਂ ਜੀ ਤਾਂ ਉੱਥੇ ਸਭ ਤੋਂ ਪਹਿਲਾਂ ਪੰਜਾਬ ਵਾਲਿਆਂ ਦੀ ਘੱਟੋ ਘੱਟ 10 ਵਾਰੀ ਮੈਡੀਕਲ ਹੁੰਦੇ ਜੀ ਅਤੇ ਉਹਦੇ ਵਿੱਚ ਮੈਂ ਸਭ ਤੋਂ ਇੰਡੀਆ ਵੱਲੋਂ ਹੀ ਪੰਜਾਬ 'ਚੋਂ ਇੰਡੀਆ ਵੱਲੋਂ ਮੈਂ ਬੈਸਟ ਮੰਨਿਆ ਗਿਆ ਜੀ ਮਤਲਬ ਮੇਰਾ ਫਿੱਟ ਹੋਏ ਸਾਰਾ ਕੁਛ ਫਿੱਟ ਹੋਏ ਅਤੇ ਸਰਕਾਰ ਨੂੰ ਮੈਨੂੰ ਇਹੀ ਬੇਨਤੀ ਕਰਦੇ ਵੀ ਖਿਡਾਰੀਆਂ ਦਾ ਹੱਥ ਰੱਖਣਾ ਚਾਹੀਦਾ ਜੀ ਉਹ ਮਤਲਬ ਜਿਵੇਂ ਮਤਲਬ 2028 ਦੇ ਵਿੱਚ ਓਲੰਪਿਕ ਹੋਣੀ ਵੀ ਅਸੀਂ ਜੇ ਪੰਜਾਬ ਸਰਕਾਰ ਹੱਥ ਰੱਖ ਦਈਏ ਅਸੀਂ ਓਲੰਪਿਕ ਵਿੱਚ ਵੀ ਗੋਲਡ ਲੈ ਸਕਦੇ ਹਾਂ ਅਤੇ ਵੱਧ ਤੋਂ ਵੱਧ ਹੋਰ ਗੋਲਡ ਕੱਪ ਲਿਆਓ ਅਜੇ ਤੱਕ ਕੋਈ ਕਿਸੇ ਤਰ੍ਹਾਂ ਦੀ ਮਦਦ ਮਿਲੀ ਨਹੀਂ ਸਰ ਸਰਕਾਰ ਵੱਲੋਂ ਅੱਜ ਤੱਕ ਕੋਈ ਮਦਦ ਨਹੀਂ ਮਿਲੀ ਇਹ ਜਿਹੜੀਆਂ ਤੁਸੀਂ ਗੇਮਸ ਕਰ ਰਹੇ ਹੋ ਪੰਜਾਬ ਵੱਲੋਂ ਜਾਂ ਇੰਡੀਆ ਵੱਲੋਂ ਖੇਡ ਰਹੇ ਹੋ ਆਪਣੇ ਖਰਚੇ 'ਤੇ ਖੁਦ ਖੇਡ ਰਹੇ ਹੋ ਸਰ ਮੈਂ ਅੱਜ ਤੱਕ ਦਾ ਹੀ ਆਪਣੇ ਖਰਚੇ 'ਤੇ ਖੇਡ ਰਿਹਾ ਜੀ ਪੰਜਾਬ ਸਰਕਾਰ ਵੱਲੋਂ ਮਤਲਬ ਕੋਈ ਮਦਦ ਨਹੀਂ ਤੁਸੀਂ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਰ ਦੇਖੋ ਮੈਂ ਪੰਜਾਬ ਸਰਕਾਰ ਤੋਂ ਮੰਗ ਕਰਦਾ ਜੀ ਮੈਂ ਵਰਲਡ ਚੈਂਪੀਅਨਸ਼ਿਪ ਮੇਰੀ ਸਿਲੈਕਸ਼ਨ ਹੋ ਗਈ ਅਤੇ ਵਰਲਡ ਕੱਪ ਵੀ ਮੈਂ ਜਿੱਤ ਚੁੱਕਿਆ ਜੀ ਅਤੇ ਜੋ ਮੇਰਾ ਮਨ ਦਾ ਮਾਣ ਸਨਮਾਨ ਹੈ ਜੀ ਉਹ ਹਾਲ ਤੱਕ ਨਹੀਂ ਹੋਇਆ ਜੀ ਆਸ ਕਰਦੇ ਜੀ ਦੇਖੋ ਹਾਲੇ ਵੀ ਉਮੀਦ ਹੈ ਵੀ ਮੈਨੂੰ ਮਤਲਬ ਸਾਡੇ ਹਲਕੇ ਦੇ ਮੰਤਰੀ ਚੇਤ ਸਿੰਘ ਜੋੜਾ ਮਾਝਾ ਜੀ ਮੈਂ 7 ਤਰੀਕ ਨੂੰ ਉਹਨਾਂ ਨੂੰ ਮਿਲਿਆ ਜੀ ਪਰ ਦੇਖੋ ਜੀ ਵਰਲਡ ਕੱਪ ਜੋ ਜਿੱਤ ਕੇ ਆਉਂਦਾ ਜੀ ਹਰੇਕ ਹਲਕੇ 'ਚ ਹੁੰਦਾ ਕਿਸੇ ਵੀ ਸਟੇਟ ਦਾ ਲੱਗਦਾ ਵੀ ਹਲਕੇ ਦਾ ਵੀ ਨਾਮ ਰੋਸ਼ਨ ਕੀਤਾ ਤੁਸੀਂ ਨਾਮ ਰੋਸ਼ਨ ਹੁੰਦਾ ਜੀ ਅਤੇ ਖੁਸ਼ੀ ਹੁੰਦੀ ਵੀ ਸਾਡੇ ਹਲਕੇ ਦੇ ਮੰਤਰੀ ਸਾਨੂੰ ਮਾਣ ਸਨਮਾਨ ਹੋਊਗਾ ਪਰ ਹਾਲ ਤੱਕ ਜੀ ਹੋਇਆ ਨਹੀਂ ਹੈਗਾ ਜੀ ਉਹਦੇ ਨਾਲ ਕਿਤੇ ਖਿਡਾਰੀ ਦਾ ਜੀ ਮਨੋਬਲ ਗਿਰਦਾ ਜੀ ਤੁਸੀਂ ਜਿਹੜੀ ਅੱਜ ਦੀ ਨੌਜਵਾਨ ਪੀੜ੍ਹੀ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਦੇਖੋ ਸਰ ਪੰਜਾਬ ਨੂੰ ਹਰ ਪਤੀ ਹੈ ਜੀ ਆਪਣਾ ਪੰਜਾਬ 'ਤੇ ਇੱਕ ਧੱਬਾ ਲੱਗਿਆ ਹੋਇਆ ਜੀ ਵੀ ਡਰੱਗ ਚੱਲਦੇ ਜੀ ਟੀਕੇ ਲੱਗਦੇ ਜੀ ਅਤੇ ਸਰ ਜਦੋਂ ਮੈਂ 100 ਕਿਲੋਮੀਟਰ ਵਾਲੀ ਚੈਂਪੀਅਨ ਕਲੀਅਰ ਕੀਤੀ ਸੀ ਅਰੁਣਾਚਲ ਸਟੇਟ ਵਿੱਚ ਅਤੇ ਜ਼ਿਲ੍ਹਾ 0 ਆਈ ਜਦੋਂ ਸਰ ਮੇਰਾ ਆਧਾਰ ਕਾਰਡ ਗਿਆ ਸੀ ਨਾ ਪੰਜਾਬ ਦਾ ਉਹ ਕਹਿੰਦੇ ਸੀ ਵੀ ਇਸ ਬੱਚੇ ਦੇ ਘੱਟੋ ਘੱਟ 10 ਵਾਰੀ ਮੈਡੀਕਲ ਕਰੋ ਇਹ ਪੰਜਾਬ ਦਾ ਜੀ ਉਹ ਕਿਉਂ ਕੀਤੇ ਜੀ ਪੰਜਾਬ ਸਰਕਾਰ ਸਮਝਦੇ ਹੋਊਗੀ ਕਿਉਂ ਕੀਤੀ ਉਹ ਮੇਰੇ ਲਈ ਪੂਰਾ ਰਿਕਾਰਡ ਪਿਆ ਜੀ ਸਾਰਾ ਕੁਝ ਪਿਆ ਜੀ ਜੇ ਸਾਡੇ ਮਾਨਯੋਗ ਸੀਐਮ ਸਾਹਿਬ ਨੂੰ ਮੀਟਿੰਗ ਕਰਨ ਉਹਨੂੰ ਸਭ ਕੁਝ ਦੱਸ ਸਕਦੇ ਅਸੀਂ ਚਾਹੁੰਦੇ ਵੀ ਦੇਖੋ ਜੀ ਨਸ਼ਾ ਖਤਮ ਹੋਏ ਪੰਜਾਬ 'ਚੋਂ ਜਦੋਂ ਬਾਹਰੀ ਸਟੇਟ ਖੇਡਦੇ ਜੀ ਬੜਾ ਮਨ ਦੁਖੀ ਹੁੰਦਾ ਜੀ ਸਾਡੇ ਪੰਜਾਬ ਦਾ ਕਿੱਡਾ ਧੱਬਾ ਲੱਗਿਆ ਹੋਇਆ ਨਸ਼ੇ ਦਾ ਜੀ ਅਸੀਂ ਚਾਹੁੰਦੇ ਵੀ ਜੇ ਸਾਡੇ ਖਿਡਾਰੀਆਂ ਨੂੰ ਹੱਥ ਰੱਖਦੇ ਹਾਂ ਤਾਂ ਨਸ਼ਾ ਸ਼ਾਇਦ ਖਤਮ ਹੋ ਸਕਦਾ ਜੀ ਜੀ ਧੰਨਵਾਦ ਜੀ ਪੰਜਾਬ 'ਚੋਂ ਨਸ਼ਾ ਖਤਮ ਹੋਵੇ ਅਤੇ ਨੌਜਵਾਨ ਪੀੜ੍ਹੀ ਖੇਡਾਂ ਵੱਲ ਪ੍ਰੇਰਿਤ ਹੋਵੇ ਜੀ ਨਸ਼ਾ ਖਤਮ ਹੋਵੇ ਧੰਨਵਾਦ ਜੀ ਆਓ
फोटो ले आ जाए।